ਐਨਆਈਏ ਜੀ ਹੁਣ ਜਾਣਕਾਰੀ ਹੈ ਮਗਰ ਇਹ ਗੈਂਗਸਟਰਾਂ ਦੀਆਂ ਕਿ ਭਾਈ ਜਿਨ੍ਹਾਂ ਨੇ ਵਸੂਲੀ ਵਾਲੇ ਮਾਮਲੇ ਚ ਅੱਜ ਤਾਂ ਰੇਡਾਂ ਵੀ ਕਾਫੀ ਹੋਈਆਂ ਨੇ ਬਠਿੰਡਾ ਤੇ ਪਟਿਆਲਾ ਦੋ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ 60 ਜਗ੍ਹਾ ਤੇ ਰੇਡਾਂ ਹੋਈਆਂ ਨੇ ਜੀ ਜਿੱਥੇ ਇਹਨਾਂ ਨੇ ਗੈਂਗਸਟਰ ਜਾਂ ਉਹਨਾਂ ਦੇ ਕੋਈ ਸੰਪਰਕ ਚ ਲੋਕ ਸੀਗੇ ਜਿਹੜੇ ਉਹਨਾਂ ਦੇ ਘਰ ਫੋਲੇ ਆ ਜੁਰਨੀ ਮੇਰੇ ਖਿਆਲ ਨਾਲ ਅਤਵਾਦੀ ਗਤੀਵਿਧੀਆਂ ਨਾਲ ਜੋੜਿਆ ਗਿਆ ਉਸ ਤੋਂ ਬਾਅਦ ਐਨਆਈਏ ਦੀਆਂ ਰੇਡਾਂ ਵਧ ਗਈਆਂ ਨੇ ਜਾਂ ਉਸ ਤੋਂ ਬਾਅਦ ਹੀ ਐਨਆਈਏ ਚੀਫ ਦਿਨਕਰ ਗੁਪਤਾ ਤੁਹਾਨੂੰ ਪਤਾ ਪੰਜਾਬ ਦੇ ਚੱਪੇ-ਚੱਪੇ ਤੋਂ ਵਾਖ ਬਣੇ ਬਿਲਕੁਲ ਹੁਣ ਤਾਂ ਸੇਖੋ ਤਾਂ ਵੀ ਵਕਫ ਹੋ ਗਏ ਉਹਨੇ ਕਿ ਸਾਡੀ ਫੋਰਸ ਦਾ ਰਟਾਇਰ ਰਟਾਇਰ ਨਹੀਂ ਹੋਣ ਤਾਂ ਬਰਖਾਸਤ ਡੀਐਸਪੀ ਕਹਿੰਦੇ ਆ ਕਿ ਇਹ ਤਾਂ ਜਲੂਸ ਹੀ ਕਢੀ ਜਾਂਦਾ ਜੀ ਤਾਂ ਖੈਰ ਕਹਿੰਦੇ ਕਿ ਬਰਖਾਸਤ ਕਰਕੇ ਇਹਦਾ ਪੰਗਾ ਹੀ ਨਾ ਲੈ ਲਿਆ ਅਗੇ ਨੂੰ ਤੁਸੀਂ ਕੋ ਵੇਚੀ ਰੱਖਦੇ ਤੇ ਟਿਕਾ ਰਹਿੰਦਾ 4 ਸਾਲ ਹੋ ਗਏ ਡਿਫੈਂਡ ਵੀ ਕਰਦਾ ਨਾ ਉਸ ਤਰੀਕੇ ਦੇ ਉਦੋਂ ਤੱਕ ਸਰਵਿਸ ਹੋ ਜਾਂਦੀ ਪੂਰੀ ਤਾਂ ਖੈਰ ਠੀਕ ਹੈ ਜੀ ਇਹ ਤਾਂ ਹੁਣ ਆਸ਼ੂ ਹੋ ਰਹੇ ਜ਼ਿੰਮੇਵਾਰ ਹੋ ਸਕਦੇ ਆ ਜੀ ਉਹ ਮੇਜਰ ਰਾਜਸਤਾਨੀ ਦਾ ਕਾਸਟ ਦਾ ਇੱਕ ਟਾਈਟਲ ਸੀ ਜ਼ਿੰਮੇਵਾਰ ਤੁੰਗ ਵੈਰ ਨੇ ਜੀ ਜੀ ਤਾਂ ਉਹਦਾ ਤੁਸੀਂ ਕਹਿ ਸਕਦੇ ਹੋ ਵੀ ਜ਼ਿੰਮੇਵਾਰ ਤਾਂ ਉਹਨੂੰ ਉਦੋਂ ਤਾਂ ਤੁਸੀਂ ਇੱਥੇ ਸੀਗੇ ਜਦੋਂ ਸਾਰਾ ਕੁਝ ਹੋਇਆ ਜੀ ਤਾਂ ਖੈਰ ਦੇਖੋ ਐਨ ਆਈ ਏ ਨੇ ਮਤਲਬ ਕਿ ਇਹ ਰੇਡਾਂ ਜਿਹੜੀਆਂ ਮਾਰੀਆਂ ਨੇ ਉਹਦੇ ਚ ਕੀ ਮਿਲਦਾ ਕੀ ਨਹੀਂ ਮਿਲਦਾ ਕਿਉਂਕਿ ਐਨ ਆਈ ਏ ਛੋਟੀ ਮੋਟੀ ਗੱਲ ਤੇ ਫਿਰ ਉਹ ਤੁਹਾਨੂੰ ਬਤਾਈ ਹੈ ਸਾਫ਼ ਨਹੀਂ ਕਰਦੀ ਹੈਗੀ ਤੇ ਉਸ ਤੋਂ ਬਾਅਦ ਜੇ ਕੋਈ ਉਹਨਾਂ ਦੀ ਰਿਕਵਰੀ ਹੋਵੇ ਫਿਰ ਉਹ ਮਾੜਾ ਜਾ ਉਹ ਟਵੀਟ ਜਾ ਕਰਕੇ ਜਾਣਕਾਰੀ ਦੇ ਦਿੰਦੇ ਨੇ ਦਰਅਸਲ ਕੀ ਹੈ ਕਿ ਐਨ ਆਈ ਏ ਦੋ ਐਂਗਲ ਜਿਹੜੇ ਆ ਉਹ ਇਸ ਵੇਲੇ ਖੋਜ ਰਹੀ ਆ ਨੰਬਰ 1 ਕਿ ਜਿਹੜੀ ਵਸੂਲੀ ਦੀ ਰਕਮ ਜਾਂਦੀ ਹੈ ਉਹ ਦੇਖੋ ਗੱਲ ਕੀ ਹੈ ਐਨਆਈਏ ਇਸ ਵੇਲੇ ਨਾ ਜਿਹੜੇ ਇਹਨਾਂ ਦੇ مالی ਅਸਾਸੇ ਆ ਉਹਨਾਂ ਤੇ ਚੋਟ ਕਰਨ ਦੀ ਫਰਾਕ ਚ ਹੈ ਚੋਟ ਕਰਨ ਦੀ ਫਰਾਕ ਚ ਭਾਵ ਕੀ ਹੈ ਕਿ ਕਿਉਂਕਿ ਹੁਣ ਸਾਰਾ ਕੁਝ ਤਾਂ ਐਨਆਈਏ ਇਹ ਤਾਂ ਮਤਲਬ ਕਿ ਜਿੱਦਾਂ ਕਹ ਲਈਏ ਨਾ ਜਿਹੜੀਆਂ ਆ ਆਪਣੀਆਂ ਸੂਬਾਈ ਖੁਫੀਆ ਏਜੰਸੀਆਂ ਨੇ ਇਹ ਤਾਂ ਉਹਨਾਂ ਦੀ ਸਹਾਇਕ ਨੇ ਇਸ ਟਾਈਮ ਜੀ ਤਾਂ ਐਨਆਈਏ ਕਿਉਂਕਿ ਬਹੁਤ ਜ਼ਿਆਦਾ ਸ਼ਕਤੀਆਂ ਰੱਖਦੀ ਹੈ ਬਹੁਤ ਜ਼ਿਆਦਾ ਉਹਦੇ ਕੋਲ ਤਾਕਤਾਂ ਨੇ ਜੀ ਤਾਂ ਉਹ ਇਹਨਾਂ ਦੇ ਜੋ ਮਾਲੀਏ ਦੇ ਅਸਾਸੇ ਨੇ ਯਾਨੀ ਕਮਾਈ ਦੇ ਜਿਹੜੇ ਸਾਧਨ ਨੇ ਉਹਨਾਂ ਤੇ ਚੋਟ ਕਰ ਰਹੇ ਨੇ ਉਹ ਜੀ ਤਾਂ ਉਹਦੇ ਚ ਕੀ ਹੈ ਮੈਂ ਕੁਝ ਦਿਨ ਪਹਿਲਾਂ ਦਿੱਲੀ ਤੋਂ ਇੱਕ ਛਾਪੀ ਜਿਹੜੀ ਹੈ ਨਾ ਮੀਡੀਆ ਰਿਪੋਰਟ ਮੈਂ ਫਿਰ ਕੋਟ ਕਰ ਦਿੰਦਾ ਜੀ ਦਿੱਲੀ ਤੋਂ ਜੀ ਤੇ ਬੜੇ ਉਹ ਮਤਲਬ ਕਿ ਨਾਮੀ ਅਖਬਾਰ ਨੇ ਛਾਪੀ ਨੈਸ਼ਨਲ న్యూਸਪੇਪਰ ਨੇ ਜੀ ਐਨਆਈ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਲੌਰੈਂਸ ਹੈ ਜਦੋਂ ਅਸੀਂ ਪੁੱਛ ਵਿੱਚ ਕੀਤੀ ਤਾਂ ਉਹਦੇ ਵਿੱਚ ਖੁਲਾਸਾ ਹੋਇਆ ਕਿ ਪੰਜਾਬ ਅਤੇ ਹਰਿਆਣਾ ਚੋਂ ਇੱਕ ਤਾਂ ਵਸੂਲੀ ਆ ਦੋ ਤਰ੍ਹਾਂ ਦੀ ਮਤਲਬ ਕਿ ਇੱਕ ਤੇ ਇਹ ਆ ਕਿ ਵਨ ਟਾਈਮ ਸੈਟਲਮੈਂਟ ਕਰ ਲੋ ਜੀ ਮਤਲਬ ਕਿ ਇੱਕ ਵਾਰੀ ਦੇ ਦਿਓ ਤੇ ਚਲੋ ਨਜ਼ਾਰੇ ਲਓ ਤੁਸੀਂ ਇੱਕ ਜਿਹੜੀ ਹੈ ਕਿ ਉਹ ਮੀਨਾਵਾਰ ਜਾ ਰਹੀ ਆ ਉਹਨਾਂ ਨੇ ਤਾਂ ਜੋ ਮਤਲਬ ਕਿ ਮੀਡੀਆ ਰਿਪੋਰਟ ਵਿੱਚ ਵਾਰ-ਵਾਰ ਕਹਿ ਰਹੇ ਆ ਸਾਡੀ ਇਹ ਜਾਣਕਾਰੀ ਨਹੀਂ ਹੈ ਸਾਡਾ ਫਰਜ਼ ਬਣਦਾ ਕਿ ਅਸੀਂ ਸਾਫ਼ ਕਰੀ ਚੱਲੀਏ ਮੀਡੀਆ ਰਿਪੋਰਟੇ ਦਾਵਾ ਕਰਦੀ ਹੈ ਕਿ ਟੋਲ ਪਲਾਜ਼ੇ ਤੋਂ ਲੈ ਕੇ ਟੇਲਰ ਤੱਕ ਟੋਲ ਪਲਾਜ਼ੇ ਤੋਂ ਲੈ ਕੇ ਟੇਲਰ ਤੱਕ ਇਹ ਸਾਰਾ ਕੁਝ ਚੱਲ ਰਿਹਾ ਹੈ ਹੁਣ ਤੁਸੀਂ ਅੰਦਾਜ਼ਾ ਲਾ ਲਓ ਇਹਦੇ 'ਚ ਇਕੱਲਾ ਕੋਈ ਲਾਰੈਂਸ ਗਰੁੱਪ ਨਹੀਂ ਆਪਾਂ ਕਹਿ ਸਕਦੇ ਇਹਦੇ 'ਚ ਜਿਹੜਾ ਕੋਈ ਬਰੋਬਰ ਗਰੁੱਪ ਹੈ ਜਾਂ ਜਿੱਥੇ ਜਿੰਨੀ ਜਿੱਦੀ ਹਾਜ਼ਰੀ ਹੈ ਜਾਂ ਨਾ ਤੋਂ ਇਲਾਵਾ ਕੋਈ ਨਾਮਵਰਤ ਕਰ ਰਿਹਾ ਕੋਈ ਵੀ ਹੈ ਬਿਲਕੁਲ ਜਿਸ ਇਲਾਕੇ 'ਚ ਕੁਝ ਇਸ ਤਰ੍ਹਾਂ ਦੇ ਗੈਂਗ ਨੇ ਕੁਝ ਇਸ ਤਰ੍ਹਾਂ ਦੇ ਗਰੋਬਾਜ਼ ਨੇ ਜਿਨ੍ਹਾਂ ਦਾ ਇੱਕ ਸੀਮਤ ਇਲਾਕੇ 'ਚ ਹੈਗਾ ਦਬਦਬਾ ਜੀ ਠੀਕ ਹੈ ওভারঅল ਮਤਲਬ ਕਿ ਪੂਰੇ ਇੰਡੀਆ ਚ ਜਾਂ ਪੂਰੀ ਸਟੇਟ ਦੇ ਵਿੱਚ ਉਹਨਾਂ ਦਾ ਗਲਬਾ ਜਦਾ ਦਬਾ ਨਹੀਂ ਹੁੰਦਾ ਪਰ ਇੱਕ ਇਲਾਕੇ ਚ ਚੱਲਦਾ ਉਹ ਸਾਰਾ ਕੁਝ ਤਾਂ ਜਿੱਥੇ ਜਿੰਨੇ ਜੋਗਾ ਹੈਗਾ ਉਹ ਕਰ ਰਿਹਾ ਤਾਂ ਮਤਲਬ ਕਿ ਇਹਨਾਂ ਦੀ ਖਾਸ ਉਹਨਾਂ ਨੇ ਰਿਪੋਰਟ ਛਾਪੀ ਸੀਗੀ ਕਿ ਟੋਲ ਪਲਾਜ਼ੇ ਤੋਂ ਲੈ ਕੇ ਟੇਲਰ ਤੱਕ ਮਤਲਬ ਉਹਦੇ ਚ ਤੁਸੀਂ ਦੇਖੋਗੇ ਤਾਂ ਪੰਜਾਬ ਦਾ ਇੱਕ ਬਹੁਤ ਵੱਡਾ ਆ ਜਿਹੜਾ ਹੁੰਦਾ ਖਣਿਜ ਆ ਜਿਵੇਂ ਆ ਪਰੇਤਾ ਬਜਰੀ ਕਹ ਲਓ ਇਹਦਾ ਠੇਕੇਦਾਰ ਵੀ ਇੱਕ ਹੈ ਜਿਹੜਾ ਉਹਦੇ ਤੋਂ ਵੀ ਮਤਲਬ ਕਿ ਇਦਾਂ ਜਾਂਦੀ ਹੈ ਫਿਰ ਹੁਣ ਜਿਹੜਾ ਜ਼ਿਕਰ ਆ ਰਿਹਾ ਐ ਐਮਆਈਏ ਜੋ ਸੂਚੀ ਮੰਗ ਰਹੀ ਉਹ ਇਹਨਾਂ ਤੋਂ ਮੰਗ ਰਹੀ ਐ ਚੰਡੀਗੜ੍ਹ ਜਾਂ ਆਸ-ਪਾਸ ਏਰੀਆ 'ਚ ਜੋ ਕਲੱਬ ਵਗੈਰਾ ਨੇ ਕਿ ਪੱਕਾ ਕੌਣ-ਕੌਣ ਬਈ ਪੈਸਾ ਦਿੰਦਾ ਤੁਹਾਡੇ ਕੋਲ ਕੀ ਇਨਪੁੱਟ ਐ ਮਤਲਬ ਕਿ ਇੱਕ ਤਾਂ ਰਿਪੋਰਟ ਉੱਥੋਂ ਆ ਗਈ ਇੱਕ ਹੁਣ ਉਹ ਇੱਥੋਂ ਮੰਗ ਰਹੇ ਨੇ ਕਿ ਤੁਹਾਡੀ ਰਿਪੋਰਟ ਕੀ ਕਹਿੰਦੀ ਐ ਕਿਉਂਕਿ ਦੋ ਕੋਈ ਕਾਰੋਬਾਰੀਆਂ ਨੇ ਆ ਗੁਜੇਸ਼ਤਾ ਕੋਈ ਲਾਲੋ ਕੇ ਦੋ-ਚਾਰ ਦਿਨ ਦੀ ਗੱਲ ਐ ਉਦੋਂ ਵੀ ਰਿਪੋਰਟ ਜਿਹੜੀ ਐ ਉਹ ਕਰਵਾਈ ਐ ਪੁਲਿਸ ਨੂੰ ਜਾ ਕੇ ਇੱਕ ਵਪਾਰੀ ਕਹਿ ਰਿਹਾ ਜੀ ਤੇ ਇੱਕ ਸ਼ਾਇਦ ਕੋਈ ਹੋਰ ਹੈ ਤੰਦੇਵਾਜ਼ ਇਹਨਾਂ ਨੇ ਜਾ ਕੇ ਕਿਹਾ ਕਿ ਸਾਡੇ ਕੋਲ ਬਈ ਕਾਲ ਆਈ ਹੈ ਰੰਗਦਾਰੀ ਦੀ ਜੀ ਤੇ ਇਸ ਕਰਕੇ ਐਨਆਈਏ ਜਿਹੜੀ ਹੈ ਨਾ ਉਹ ਇਸ ਵੇਲੇ ਸੂਚੀਆਂ ਬਣਾਉਣ ਚ ਜੁਟੀ ਹੋਈ ਹੈ ਤੇ ਉਹਨਾਂ ਦਾ ਜਿਹੜਾ ਮਕਸਦ ਇੱਕ ਹੋਰ ਵੀ ਹੈ ਉਹ ਇਹ ਦੇਖਣਾ ਹੈ ਕਿ ਜਿਹੜਾ ਪੈਸਾ ਇਹ ਆ ਕਿਉਂਕਿ ਦੇਖੋ ਜਿੱਦੀ ਵੱਡੀ ਗੈਂਗ ਹੋਏਗੀ ਉਹਦਾ ਓਡਾ ਵੱਡਾ ਖਰਚਾ ਵੀ ਕੁਝ ਪੈਸਾ ਤਾਂ ਉਹਦਾ ਖਪਤ ਹੁੰਦਾ ਇੱਥੇ ਹਥਿਆਰਾਂ ਤੇ ਆ ਜਾਂ ਜੇਲ੍ਹਾਂ ਚ ਜਿਹੜੇ ਬੰਦੇ ਬੈਠੇ ਆ ਉਹਨਾਂ ਦੇ ਕੇਸ ਵੀ ਝਗੜਦੇ ਨੇ ਉਹਨਾਂ ਦਾ ਬਈ ਫਿਰ ਗੰਡਾ ਪਿਆਜ਼ ਵੀ ਭੇਜਣਾ ਅੰਦਰ ਸਾਰਾ ਕੁਝ ਕਰਨਾ ਹੈ ਪਰੰਤੂ ਇਸ ਤੋਂ ਇਲਾਵਾ ਜੇ ਇੰਨਾ ਪੈਸਾ ਬਣਦਾ ਹੈ ਤਾਂ ਉਹਦਾ ਸਾਰਾ ਹਿੱਸਾ ਤੇ ਖਪਤ ਹੁੰਦਾ ਜਾਂ ਬਾਹਰ ਜਾਂਦਾ ਤਾਂ ਬਾਹਰ ਉਹ ਕਿਸ ਚੈਨਲ ਰਾਹੀਂ ਜਾਂਦਾ ਹੈ ਤੇ ਕਿਹੜੇ-ਕਿਹੜੇ ਮੁਲਕ ਚ ਜਾਂਦਾ ਹੈ ਮੇਨ ਗੱਲ ਤੇ ਇਹ ਆ ਕਿ ਕਿਤੇ ਇਹ ਪੈਸਾ ਜਿਹੜਾ ਹਵਾਲਾ ਰਾਹੀਂ ਉਹ ਪਾਕਿਸਤਾਨ ਚ ਜਾਂ ਇੱਧਰ-ਉੱਧਰ ਤਾਂ ਨਹੀਂ ਜਾਂਦਾ ਕਿ ਜਿੱਥੋਂ ਫਿਰ ਮੁੜ ਕੇ ਉਹੋ ਹੀ ਸਾਡੇ ਖਿਲਾਫ ਯੂਜ਼ ਹੁੰਦਾ ਜਿੰਨੇ ਕੋਈ ਕਹਾਣੀ ਮੈਨੂੰ ਸਮਝ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਇਹ ਚੱਲ ਰਿਹਾ ਕਿਉਂਕਿ ਇਹਨਾਂ ਨੂੰ ਅੱਗੇ ਕਿਹੜਾ ਭੁੱਲ ਸੀ ਅੱਗੇ ਕਿਹੜਾ ਭੁੱਲ ਸੀ ਕੀ ਹੁਣ 2024 ਵਾਲਾ ਇਲੈਕਸ਼ਨ ਆ ਗਿਆ ਜੀ ਅੱਗੇ ਤਾਂ ਸਾਰਾ ਕੁਝ ਹੋ ਰਿਹਾ ਸੀਗਾ ਨਾ ਹਰਿਆਣੇ ਚ ਵੀ ਹੋ ਰਿਹਾ ਸੀ ਦਿੱਲੀ ਚ ਵੀ ਹੋ ਰਿਹਾ ਸੀਗਾ ਹੋਰ ਵੀ ਕੁਝ ਸਟੇਟਾਂ ਚ ਚੱਲ ਰਿਹਾ ਸੀਗਾ ਰਾਜਸਥਾਨ ਚ ਵੀ ਹੋ ਰਿਹਾ ਸੀਗਾ ਤਾਂ ਹੁਣ ਪੰਜਾਬ ਨੂੰ ਮਤਲਬ ਕਿ ਜਿੱਦਾਂ ਕਹਿ ਲਓ ਕਿ ਪੂਰਾ ਮੈਂ ਅੱਗੇ ਆਪਾਂ ਇੱਕ ਸ਼ਬਦ ਇਸਤੇਮਾਲ ਕੀਤਾ ਹੋਇਆ ਪ੍ਰਯੋਗਸ਼ਾਲਾ ਕਿ ਸਾਰੇ ਹੀ ਬਈ ਇੱਥੇ ਪ੍ਰਯੋਗ ਹੋ ਰਹੇ ਨੇ ਇਸ ਟਾਈਮ ਜੀਦਾ ਵੀ ਜਿੰਨਾ ਕੋ ਦਬ ਹੈ ਉਹ ਕਰੀ ਜਾਂਦਾ ਹੈ ਜੀ ਦੀਆਂ ਜਿੰਨੀਆਂ ਕੁ ਤਾਕਤਾਂ ਨੇ ਉਹ ਕਰੀ ਜਾਂਦਾ ਪੰਜਾਬ ਨੂੰ ਪੂਰਾ ਇੱਕ ਤਰ੍ਹਾਂ ਨਾਲ ਖੋਲ ਦਿੱਤਾ ਗਿਆ ਜੀ ਜੀ ਜੀ